ਸਾਡਾ ਸਟਾਫ ਹੈ ਜਿਹੜਾ ਫਾਈਨੈਂਸ਼ੀਅਲੀ ਤੌਰ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਕਿਉਂਕਿ ਇਹਨਾਂ ਨੂੰ ਪਿਛਲੇ 9 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਉਮਰ ਦੇ ਇਸ ਪੜਾਅ ਤੇ ਆ ਕੇ ਜਿੱਥੇ ਅਸੀਂ ਆਪਣੇ ਆਪ ਨੂੰ ਸੰਤੁਸ਼ਟ ਤੇ ਕਾਬਿਲ ਮਹਿਸੂਸ ਕਰਨਾ ਸੀ, ਅੱਜ ਅਸੀਂ ਅਸਹਾਏ ਮਹਿਸੂਸ ਕਰ ਰਹੇ ਹਾਂ। ਔਰ ਅਸੀਂ ਇਹਦਾ ਪੂਰਾ ਦਾ ਪੂਰਾ ਕਸੂਰ ਮੌਜੂਦਾ ਸਰਕਾਰ ਨੂੰ ਦੇਵਾਂਗੇ ਕਿਉਂਕਿ ਸਰਕਾਰ ਇਸ ਸੰਸਥਾ ਨਾਲ ਸੰਬੰਧਿਤ ਜਿੰਨੀਆਂ ਵੀ ਸਮੱਸਿਆਵਾਂ ਨੇ ਉਸ ਸੰਬੰਧੀ ਮੀਟਿੰਗ ਤਾਂ ਨਿਸ਼ਚਿਤ ਕਰ ਲੈਂਦੀ ਹੈ ਪਰ ਹਰ ਵਾਰ ਮੀਟਿੰਗ ਨੂੰ ਟਾਲ ਦਿੱਤਾ ਜਾਂਦਾ ਹੈ। ਔਰ ਇਸੇ ਤੋਂ ਨਾਰਾਜ਼ ਹੋਏ ਪੂਰੇ ਸਟਾਫ ਨੇ ਸਰਕਾਰ ਦੇ ਵਿਰੁੱਧ ਇਸ ਟਾਲ ਮਟੋਲ ਵਾਲੇ ਵਿਵਹਾਰ ਨੂੰ ਦੇਖਦੇ ਹੋਏ ਨਿੰਦਾ ਦਾ ਪ੍ਰਸਤਾਵ ਪਾਸ ਕੀਤਾ ਹੈ। ਔਰ ਅਸੀਂ ਸਰਕਾਰ ਦਾ ਜਿਹੜਾ ਸਾਡਾ ਇਹ ਵੀ ਅਸੀਂ ਕਹਿੰਦੇ ਹਾਂ ਕਿ ਇਸ ਧਰਨੇ ਦੇ ਕਾਰਨ ਅਗਰ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਦਫ਼ਤਰੀ ਕੰਮਕਾਜ ਦੇ ਵਿੱਚ ਅਗਰ ਕੋਈ ਵਿਘਨ ਪੈਂਦਾ ਹੈ ਤਾਂ ਇਹਦਾ ਪੂਰਾ ਦਾ ਪੂਰਾ ਦੋਸ਼ ਹੈ ਜਿਹੜਾ ਸਰਕਾਰ ਦੇ ਉੱਤੇ ਹੈ। ਔਰ ਇੱਕ ਗੱਲ ਹੋਰ ਵੀ ਕਹਿਣਾ ਚਾਹਾਂਗੇ, ਸਾਡੇ ਗਵਾਂਢ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਅੱਜ ਪੰਜਾਬ ਸਰਕਾਰ ਦੇ ਦੁਆਰਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇੱਕ ਪਾਸੇ ਤਾਂ ਸਰਕਾਰ ਉਸ ਰੋਜ਼ਗਾਰ ਮੇਲੇ ਲਗਾ ਰਹੀ ਹੈ ਲੋਕਾਂ ਨੂੰ ਰੋਜ਼ਗਾਰ ਦੇਣ ਲਈ, ਜਦੋਂ ਕਿ ਇੱਥੇ ਇਸੇ ਹਲਕੇ ਦੇ ਵਿੱਚ 10 ਕਿਲੋਮੀਟਰ ਦੇ ਉੱਤੇ 111 ਮੈਂਬਰ ਨੇ ਜਿਹੜੇ ਤਨਖਾਹਾਂ ਦੇ ਲਈ ਤਰਸ ਰਹੇ ਨੇ। ਸੋ ਮੇਰੀ ਸਰਕਾਰ ਨੂੰ ਗੁਜ਼ਾਰਿਸ਼ ਹੈ ਸਾਡੀਆਂ ਮੰਗਾਂ ਨੂੰ ਮੰਨਦੇ ਹੋਏ, ਸਾਡੀਆਂ ਜਾਇਜ਼ ਮੰਗਾਂ ਨੂੰ ਮੰਨਦੇ ਹੋਏ ਸਾਡੀਆਂ ਤਨਖਾਹਾਂ ਤੁਰੰਤ ਰਿਲੀਜ਼ ਕੀਤੀਆਂ ਜਾਣ, ਸਾਡੇ ਜਿਹੜੇ ਸਥਾਈ ਹੱਲ ਹੈ ਇਸ ਸੰਸਥਾ ਦਾ ਕੀਤਾ ਜਾਵੇ ਤਾਂ ਕਿ ਬੱਚਿਆਂ ਦਾ ਭਵਿੱਖ ਹੈ ਜਿਹੜਾ ਉਹ ਖਤਰੇ ਵਿੱਚ ਨਾ ਜਾਵੇ। ਦੇਖੋ ਅਸੀਂ ਉਸ ਵਕਤ ਮੈਂ ਜਿਸ ਤਰ੍ਹਾਂ ਕਿਹਾ ਹੈਗਾ, ਮੈਂ ਉਸ ਵਕਤ ਜਾ ਕੇ ਕਿਹਾ ਸੀ ਕਿ ਤੁਹਾਡੀਆਂ ਤਨਖਾਹ ਮੈਂ ਦਵਾਉਂਗੀ, ਉਹ ਤਨਖਾਹ ਦਵਾਈ ਹੈ। ਉਸ ਤੋਂ ਬਾਅਦ ਸਾਡੇ ਆਪਣੇ ਟੈਕਨੀਕਲ ਮਨਿਸਟਰ ਸਾਡੇ ਸੀ ਐਮ ਸਾਹਿਬ ਨੇ ਵੀ ਚਿੱਠੀ ਲਿਖੀ ਮੇਰੇ ਕਹਿਣ ਦੇ ਉੱਤੇ ਸਾਰਾ ਕੁਛ ਕੀਤਾ, ਲੇਕਿਨ ਇਹਦਾ ਕੋਈ ਪੱਕਾ ਵੇ ਆਊਟ ਕਰਨਾ ਪਊ। ਆਈ ਥਿੰਕ ਬਲਕਿ ਮੈਂ ਉੱਥੇ ਹੀ ਪਬਲਿਕਲੀ ਕਿਹਾ ਸੀ ਧਰਨੇ 'ਚ ਗਈ ਸੀ, ਆਹ ਕੀ ਇਹ ਜ਼ਿੰਮੇਵਾਰ ਨਹੀਂ ਜਿਹੜੇ ਸਾਡੇ ਆਪਣੇ ਇੰਸਟੀਟਿਊਸ਼ਨ ਵਾਲੇ ਆ, ਅਸੀਂ ਇੱਕ ਦੇਸ਼ ਭਗਤ ਦੇ ਨਾਂ 'ਤੇ ਇਸ ਕਰਕੇ ਨਹੀਂ ਕੋਈ ਹੀਰਾ ਸਿੰਘ ਭੱਟਲ ਕਰਕੇ ਮੇਰਾ ਕਾਲਜ ਬਣ ਗਿਆ, ਉਹ ਸਰਕਾਰ ਦਾ। ਅਸੀਂ ਜਿਵੇਂ ਸੇਵਾ ਸਿੰਘ ਠੀਕਰੀ ਵਾਲੇ ਦਾ ਨਾਮ ਕਿਸੇ ਪੁਰਾਣੇ ਦੇਸ਼ ਭਗਤ ਦਾ ਨਾਮ ਰੱਖਦੇ ਹਾਂ ਅਤੇ ਇਸ ਕਰਕੇ ਅਸੀਂ ਇਹ ਬਣਾਇਆ ਸੀ, ਲੇਕਿਨ ਉਸ ਵੇਲੇ ਸਾਡੇ ਕੁਛ ਬੰਦਿਆਂ ਨੇ ਇਸ ਇੰਸਟੀਟਿਊਸ਼ਨ ਨੂੰ ਕਮਜ਼ੋਰ ਕੀਤਾ, ਢਾਹ ਲਾਈ ਨਿੱਜੀ ਆਪਣੇ ਫਾਇਦਿਆਂ ਕਰਕੇ, ਇੱਥੋਂ ਦੀ ਐਡਮਿਸ਼ਨਾਂ ਬਾਹਰ ਭੇਜਣ ਲੱਗ ਗਏ ਸਾਰੇ, ਉਹ ਬਾਹਰ ਭੇਜ ਕੇ ਉਹਦਾ ਨਿੱਜੀ ਫਾਇਦਾ ਉਠਾਉਂਦੇ ਸੀ ਅਤੇ ਅੱਜ ਉਹ ਕ੍ਰਾਈਸਿਸ ਇੱਦਾਂ ਦਾ ਪੈਦਾ ਕੀਤਾ ਜਿਹਨੂੰ ਅਸੀਂ ਦੇਖ ਕੇ ਆਰਥਿਕ ਤੌਰ 'ਤੇ ਕਿੱਥੇ ਕਿੱਥੇ ਕੀ ਹੋ ਸਕਦਾ, ਜਾਂ ਇਹ ਪ੍ਰਪੋਜ਼ਲਾਂ ਦੇਣ। ਮੇਰੇ ਕੋਲ ਵੀ ਆਏ ਸੀ, ਮੈਨੂੰ ਕਿਹਾ ਕਿ ਕੋਈ ਪ੍ਰਪੋਜ਼ਲ ਦਿਓ, ਕੋਈ ਹੱਲ ਕੱਢੋ, ਇਹ ਨਹੀਂ ਕਿ ਸਰਕਾਰ ਹਰ ਵਾਰ ਤੁਹਾਨੂੰ ਮੰਗੀ ਜਾਵੇ ਤਾਂ ਸਰਕਾਰ ਦੇਈ ਜਾਵੇ। ਸਰਕਾਰ ਦੀ ਕੋਈ ਵੀ ਜਿਹੜੀ ਹੈਗੀ ਹੈ, ਮੈਂ ਇਸ ਵਿਚਾਰ ਦੀ ਹਾਂ, ਕੋਈ ਵੀ ਜਿਹੜੀ ਸਬਸਿਡੀਆਂ ਜਾਂ ਕੋਈ ਚੀਜ਼ ਹੈ ਜਾਂ ਕਿਸ਼ਤਾਂ 'ਤੇ ਵੀ ਹੈ, ਉਹ ਉੱਨੀ ਦੇਰ ਹੁੰਦਾ ਜਿਵੇਂ ਆਪਾਂ ਕਹਿੰਦੇ ਵੀ ਥੋੜ੍ਹਾ ਤੁਹਾਨੂੰ ਤਕੜਾ ਹੋਣ ਵਾਸਤੇ ਤੁਹਾਨੂੰ ਘਰ ਦਿੱਤਾ, ਇਸ ਤੋਂ ਬਾਅਦ ਆਪਦੇ ਪੈਰਾਂ 'ਤੇ ਆਪ ਖੜ੍ਹੇ ਹੋ। ਸੋ ਸਾਨੂੰ ਸਿੰਪਤੀ ਹੈਗੀ ਹੈ, ਲੇਕਿਨ ਆਊਟ ਆਫ ਵੇ ਜਾ ਕੇ ਕੋਈ ਵੀ ਬੰਦਾ ਐਕਸਪੈਕਟ ਕਰੇ ਕਿ ਮੈਂ ਹੜਤਾਲ ਕਰਨ ਨੂੰ ਫਿਰ ਮਿਲ ਜੂਗਾ, ਇਸ ਨਾਲ ਦਾ ਵੇ ਆਊਟ ਕਿਸੇ ਤੋਂ ਸਰਕਾਰ ਤੋਂ ਬਦਲ ਲੈਣ ਦਾ ਤਰੀਕਾ ਨਹੀਂ ਹੈ। ਸਾਡੇ ਕੋਲ ਜਾਂਦੇ ਰਹਿੰਦੇ, ਜਾਣ ਅਸੀਂ ਹੁਣ ਵੀ ਜਿੰਨੀ ਮਦਦ ਵਧੀਆ ਕਰਦੇ ਹਾਂ।